ਅੱਜ ਰਾਸ਼ਟਰੀ ਕਵੀ ਸਾਗਰ ਨੇ ਇੱਕ ਸਾਹਿਤਕ ਸਮਾਗਮ ਕੀਤਾ ਸੀ ਜਿੱਥੇ ਸਾਨੂੰ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਨੇ ਬਹੁਤ ਕੋਪਰੇਟ ਕੀਤਾ। ਉਹਨਾਂ ਨੇ ਸਾਨੂੰ ਸਾਡਾ ਸਾਰਾ ਹੀ ਜਿਹੜਾ ਪ੍ਰੋਗਰਾਮ ਸੀ ਸਪੋਂਸਰ ਕੀਤਾ, ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਰਾਸ਼ਟਰੀ ਕਵੀ ਸਾਗਰ 'ਚ ਬਹੁਤ ਅੱਛੇ ਕਵੀ ਸੀ, ਉਹਨੇ ਬਹੁਤ ਕਵੀਆਂ ਨੇ ਕਿਤਾਬਾਂ ਲਿਖੀਆਂ ਹੋਈਆਂ ਸੀ ਕਿ ਅਸੀਂ ਕੀ ਵਿਚਾਰ ਬਣਾਏ ਸਾਹਿਤਕ ਸਮਾਗਮ ਕਰਕੇ ਸਭ ਦੀਆਂ ਕਿਤਾਬਾਂ ਨੂੰ ਰਿਲੀਜ਼ ਕੀਤਾ ਜਾਵੇ, ਔਰ ਮੇਰੀ ਆਪਣੀਆਂ ਵਿੱਚ ਦੋ ਕਿਤਾਬਾਂ ਰਿਲੀਜ਼ ਹੋਈਆਂ ਨੇ। ਹੁਣ ਮੇਰਾ ਨਜ਼ਰੀਆ ਬਦਲ ਗਿਆ ਹੈ, ਹੁਣ ਮੇਰੇ ਸਾਥੀ ਮੋਹਨ ਸਿੰਘ ਵਰਗੇ ਨਹੀਂ, ਹੁਣ ਮੈਂ ਸਾਹਿਬ ਨਹੀਂ ਸਾਹਿਬ ਬਣਨਾ ਲੋਚਦਾ, ਹੁਣ ਮੈਂ ਸਾਹਿਬ ਨਹੀਂ ਸਾਹਿਬ ਬਣਨਾ ਲੋਚਦਾ ਹਾਂ। ਧਰਮ ਹਿੰਮਤ ਤੇ ਦਿਆ ਮੇਰੇ ਤੋਂ ਕੋਹਾਂ ਦੂਰ ਨੇ, ਹੁਣ ਮੇਰੇ ਘਰ ਮਾਈ ਭਾਗੋ ਵੀ ਨਹੀਂ ਵੱਸਦੀ, ਹੁਣ ਮੇਰੇ ਘਰ ਮਾਈ ਭਾਗੋ ਵੀ ਨਹੀਂ ਵੱਸਦੀ। ਸਭ ਤੋਂ ਵੱਡੀ ਗੱਲ ਮੇਰੇ ਸਰੀਰ ਦਾ ਮੇਰੇ ਧੜ ਤੋਂ ਸਿਰ ਗਾਇਬ, ਸਭ ਤੋਂ ਵੱਡੀ ਗੱਲ ਕਿ ਮੇਰੇ ਧੜ ਤੋਂ ਸਿਰ ਗਾਇਬ ਹੈ, ਸਿਰੋ ਸੱਖਣੇ ਧੜ ਕਿਸ ਕੰਮ ਦੇ, ਹੁਣ ਮੈਂ ਤੇਰੀ ਵੰਗਾਰ ਦਾ ਸਾਹਮਣਾ ਨਹੀਂ ਕਰਦਾ, ਹੁਣ ਮੈਂ ਤੇਰੀ ਵੰਗਾਰ ਦਾ ਸਾਹਮਣਾ ਨਹੀਂ ਕਰ ਸਕਦਾ, ਕਿਉਂਕਿ ਦਸਤਾਰਾਂ ਤੇ ਕਲਗੀਆਂ ਸਿਰਾਂ ਤੇ ਸੋਕੀਆਂ ਨੇ, ਮੈਨੂੰ ਮਾਫ਼ ਕਰੀ ਅੰਮ੍ਰਿਤ ਛਕਾਉਣ ਵਾਲਿਆ, ਆਪਣਾ ਸਰਬੰਸ ਮੇਰੇ ਤੋਂ ਲਟਾਉਣ ਵਾਲਿਆ। ਚਾਏ ਕੀ ਚੁਸਕੀਓ ਕੇ ਸਾਥ ਜ਼ੁਬਾਨੋਂ ਕੀ ਚਰਚਾ, ਚਾਏ ਕੀ ਚੁਸਕੀਓ ਕੇ ਸਾਥ ਕੁਛ ਤੋ ਸਕੂਨ ਮਿਲਤਾ ਹੈ ਇਨ ਸਬਸੇ, ਮਨ ਕਾ ਬੋਝ ਹਲਕਾ ਹੋਤਾ ਹੈ, ਫਿਰ ਹਮ ਔਰ ਹਮਾਰੀ ਤਨਹਾਈ, ਫਿਰ ਹਮ ਔਰ ਹਮਾਰੀ ਤਨਹਾਈ ਹਮੇ ਭੁਲਾ ਦੇਤੀ ਹੈ ਕਿ ਥੋੜੀ ਦੇਰ ਪਹਿਲੇ ਕਿਤਨੇ ਤੂਫਾਨੋ ਕੇ ਬਾਰੇ ਸੁਨਾ ਥਾ, ਕਿਤਨੀ ਕਸ਼ਤੀਆਂ ਔਰ ਕਿਨਾਰੇ ਥੇ, ਤਭੀ ਤੋ ਆਪਣੇ ਆਪ ਮੇਂ ਬੇਚਾਰੇ ਥੇ। ਐਲੀ ਵਿਸਾਖ ਦਾ ਦਿਨ ਸੀ ਸੁਭਾਗ ਦਾ, ਪਹਿਲੀ ਵਿਸਾਖ ਦਾ ਦਿਨ ਸੀ ਸੁਭਾਗ ਦਾ, ਆ ਗਿਆ ਸੀ ਵੇਲਾ ਵੀਰਤਾ ਦੇ ਰਾਗ ਦਾ, ਇੱਕ ਸੀਸ ਮੰਗਿਆ ਗੁਰੂ ਗੋਬਿੰਦ ਨੇ, ਖਾਲਸਾ ਹੈ ਸਾਜਿਆ ਗੁਰੂ ਗੋਬਿੰਦ ਨੇ। ਜ਼ਾਲਮ ਨੂੰ ਸੋਧਣ ਦੀ ਖਾਤਰ, ਜ਼ਾਲਮ ਨੂੰ ਸੋਧਣ ਦੀ ਖਾਤਰ ਮਾਈ ਭਾਗੋ ਬਣ ਕੇ ਲੜਦੀ, ਅਮਰ ਨਾ ਚਿਹਰਾ ਕੋਈ ਪੜਦਾ ਉਹ ਸਭਨਾ ਦੇ ਮਨ ਨੂੰ ਪੜਦੀ, ਅਮਰ ਨਾ ਚਿਹਰਾ ਕੋਈ ਪੜਦਾ ਉਹ ਸਭਨਾ ਦੇ ਮਨ ਨੂੰ ਪੜ। ਚੁੱਪ ਚਾਪ ਹੁਣ ਬਹਿਣਾ ਛੱਡ ਦੇ, ਚੁੱਪ ਚਾਪ ਹੁਣ ਬਹਿਣਾ ਛੱਡ ਦੇ, ਗੁੰਮਸੁਮ ਗੁੰਮਸੁਮ ਰਹਿਣਾ ਛੱਡ ਦੇ, ਆਪਣੀ ਤੂੰ ਆਵਾਜ਼ ਬਣ, ਆਪਣੀ ਤੂੰ ਆਵਾਜ਼ ਬਣ, ਆਪਣੀ ਤੂੰ ਆਵਾਜ਼ ਉਠਾ, ਇੱਕ ਆਪਣਾ ਅਸਮਾਨ ਬਣਾ। ਕਿਸ ਨੂੰ ਹੱਕਾਂ ਲਈ ਉਡੀਕੇ, ਕਿਸ ਨੂੰ ਹੱਕਾਂ ਲਈ ਉਡੀਕੇ, ਜਿਨ੍ਹਾਂ ਤੇਰੇ ਸ਼ਬਦ ਨੇ ਸਿੱਤੇ, ਮੁੱਠੀ ਵਿੱਚ ਤੂੰ ਸੂਰਜ ਫੜ ਲੈ, ਮੁੱਠੀ ਵਿੱਚ ਪ੍ਰਕਾਸ਼ ਬੜਾ ਹੈ, ਮੁੱਠੀ ਵਿੱਚ ਤੂੰ ਸੂਰਜ ਫੜ ਲੈ, ਮੁੱਠੀ ਵਿੱਚ ਪ੍ਰਕਾਸ਼ ਬੜਾ ਹੈ। ਦੇਵੀ ਤੈਨੂੰ ਆਖਣ ਵਾਲੇ, ਦੇਵੀ ਤੈਨੂੰ ਆਖਣ ਵਾਲੇ, ਕਿੱਥੇ ਕਿੱਥੇ ਨਿਗਾਹ ਟਿਕਾਉਂਦੇ, ਗੰਦੀਆਂ ਨਜ਼ਰਾਂ, ਗੰਦੀਆਂ ਨਜ਼ਰਾਂ, ਮੌਕਾ ਮਿਲੇ ਤਾਂ ਨੋਚ ਨੋਚ ਕੇ ਤੇਰੀ ਬੋਟੀ ਬੋਟੀ ਖਾਂਦੇ, ਵਿੱਚ ਜੰਜੀਰਾਂ ਕੱਸ ਕੇ ਰੱਖਿਆ,
ਵਿੱਚ ਜੰਜੀਰਾਂ ਕੱਸ ਕੇ ਰੱਖਿਆ ਤੈਨੂੰ ਸਦੀਆਂ, ਕਰੁਣਾ ਦੀ ਤੂੰ ਮੂਰਤ ਬਣ ਕੇ, ਕਰੁਣਾ ਦੀ ਤੂੰ ਮੂਰਤ ਬਣ ਕੇ ਹੋ ਗਈ ਹੈ ਕਮਜ਼ੋਰ, ਨਾਜ਼ੁਕ ਆਖੜ ਨਾਜ਼ੁਕ ਆਖੜ ਕਹਿਣ ਨਾ ਚਾਰ, ਕਹਿੰਦੇ ਕਦੋਂ ਚੱਲਦਾ ਤੇਰਾ ਕਿਧਰੇ ਜ਼ੋਰ। ਧੀਰੇ ਧੀਰੇ ਚੱਲਦਾ ਹੋਣਾ ਮੈਂ ਕੋਈ ਮੀਨਾ ਦੀ ਗੁਣਾ ਰਹਾ ਹਾਂ, ਪਾਇਲ ਦਾ ਜ਼ੋਰ ਸੁਣ ਕਰ ਮੈਂ ਆਪਣੀ ਮਸਤੀ ਕੋ ਬੜਾ ਰਹਾ ਹਾਂ, ਰਾਤ ਨੇ ਮਿਲੀ ਉਹਦੀ ਹੁਕਮੋਂ ਦੀ ਪਰੀ, ਉਸਕੀ ਔਰ ਮੈਂ ਮੁਕਬਲਤਾ ਜਾ ਰਹਾ ਹਾਂ। ਛੋਟੀ ਕਿਤਾਬੇ ਮੇਰੇ ਹੱਥੋਂ ਸੇ ਪਸੀਨਾ ਮੇਰੇ ਮਾਥੇ ਪਰ ਆ ਰਹਾ ਥਾ, ਦੇਖ ਕਰ ਉਸਕੇ ਹੁਸਨ ਕੋ ਮੈਂ ਸੁਣਾਤਾ ਜਾ ਰਹਾ ਹਾਂ। ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ, ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ, ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ, ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ, ਜਾਲਨਾ ਨੇ ਜਦ ਅੰਤ ਮਚਾਈ, ਜਾਲਨਾ ਨੇ ਜਦ ਅੰਤ ਮਚਾਈ, ਸੋਚ ਨਵੀਂ ਇੱਕ ਦਿਲ ਵਿੱਚ ਆਈ, ਇੱਕ ਦੀਵਾਰ ਸਜਾਇਆ ਕਲਗੀਆਂ ਵਾਲੇ ਨੇ, ਇੱਕ ਦੀਵਾਰ ਸਜਾਇਆ ਕਲਗੀਆਂ ਵਾਲੇ ਨੇ, ਖਾਲਸਾ ਪੰਥ ਰਚਾਇਆ ਕਲਗੀਆਂ ਵਾਲੇ ਨੇ, ਖਾਲਸਾ ਪੰਥ ਰਚਾਇਆ ਕਲਗੀਆਂ ਵਾਲੇ ਨੇ, ਗੜ੍ਹ ਸ਼ਮਸ਼ੀਰ ਗੁਰਾ ਲਿਸਕਾਈ, ਇੱਕ ਸੀਸ ਚੜਾਇਆ ਕੋਈ ਆਇਆ ਭਾਈ, ਸੰਤਾਂ ਨਾਲ ਪਿਆਰ ਸਿਖਾਇਆ, ਸੰਤਾਂ ਨਾਲ ਪਿਆਰ ਸਿਖਾਇਆ ਕਲਗੀਆਂ ਵਾਲੇ ਨੇ, ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ ਨੇ। ਬਾਰੋ ਵਾਰੀ ਸੀਸ ਪੰਥ ਮੰਗੇ, ਬਾਰੋ ਵਾਰੀ ਪੰਥ ਸੀਸ ਮੰਗੇ, ਅੱਗੇ ਆਏ ਪਿਆਰ ਸੀ ਨਾ ਮੰਗੇ, ਗੌਤਮ ਨਵਾਂ ਰਚਾਇਆ ਕਲਗੀਆਂ ਵਾਲੇ ਨੇ, ਖਾਲਸਾ ਪੰਥ ਸਜਾਇਆ ਕਲਗੀਆਂ ਵਾਲੇ। ਚਿੰਤ ਮਾਹੀ ਦੇ ਨਾਲ ਮੇਰੀਆਂ ਲਾਲ ਵੰਗਾਂ, ਸ਼ਾਵਾ ਮੇਰੀਆਂ ਲਾਲ ਵੰਗਾਂ, ਨਾਲ 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 ਮੇਰਾ ਚਿੰਤ ਮਾਹੀ ਦੇ ਨਾਲ ਮੇਰੀਆਂ ਲਾਲ ਵੰਗਾਂ, ਸ਼ਾਵਾ ਮੇਰੀਆਂ ਲਾਲ ਵੰਗਾਂ, ਸ਼ਾਵਾ ਮੇਰੀਆਂ ਲਾਲ ਵੰਗਾਂ। ਉਸਨੇ ਸੇ ਪਹਿਲੇ ਵੋ ਖੁਦ ਜਾਤੀ ਹੈ, ਕਰਕੇ ਝਾੜੂ ਬਰਤਨ ਵੋ ਖਾਨਾ ਬਣਾਤੀ ਹੈ, ਐਸੀ ਪਤਨੀ ਖਾਬੋ ਮੇ ਆਤੀ ਹੈ। ਅੱਜ ਰਾਸ਼ਟਰੀ ਕਾਲ ਸਾਗਰ ਨੇ ਇੱਕ ਸਾਹਿਤਕ ਸਮਾਗਮ ਕੀਤਾ ਸੀ, ਜਿੱਥੇ ਸਾਨੂੰ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਨੇ ਬਹੁਤ ਕੋਆਪਰੇਟ ਕੀਤਾ। ਉਹਨਾਂ ਨੇ ਸਾਨੂੰ ਸਾਡਾ ਸਾਰਾ ਹੀ ਜਿਹੜਾ ਪ੍ਰੋਗਰਾਮ ਸੀ ਸਪੋਂਸਰ ਕੀਤਾ, ਅਸੀਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਰਾਸ਼ਟਰੀ ਕਾਲ ਸਾਗਰ 'ਚ ਬਹੁਤ ਅੱਛੇ ਕਵੀ ਸੀ, ਉਹਨੇ ਬਹੁਤ ਕਵੀਆਂ ਨੇ ਕਿਤਾਬਾਂ ਲਿਖੀਆਂ ਹੋਈਆਂ ਸੀ, ਕਿ ਅਸੀਂ ਕਿ ਵਿਚਾਰ ਬਣਾ ਕੇ ਸਾਹਿਤਕ ਸਮਾਗਮ ਕਰਕੇ ਸਭ ਦੀਆਂ ਕਿਤਾਬਾਂ ਨੂੰ ਰਿਲੀਜ਼ ਕੀਤਾ ਜਾਵੇ। ਔਰ ਮੇਰੀਆਂ ਆਪਣੀਆਂ ਵਿੱਚ ਦੋ ਕਿਤਾਬਾਂ ਰਿਲੀਜ਼ ਹੋਈਆਂ ਨੇ, ਇੱਕ ਹੈਗੀ ਸੀਗੀ ਤਤਵਧਾਰਾ, ਦੂਸਰੇ ਵਕਤ ਦੀਆਂ ਪੈਰਾਂ, ਇੱਕ ਪੰਜਾਬੀ 'ਚ ਹੈ ਇੱਕ ਹਿੰਦੀ 'ਚ ਹੈ। ਔਰ ਜਿਹਦੇ ਵਿੱਚ ਪੇਪਰ ਪੜਿਆ ਡਾਕਟਰ ਹਰਜੀਤ ਸਿੰਘ ਸੱਦਰ ਜੀ ਨੇ ਔਰ ਡਾਕਟਰ ਸੁਰੇਸ਼ ਨਾਇਕ ਜੀ ਨੇ, ਮੈਂ ਉਹਨਾਂ ਦੀ ਬੜੀ ਸ਼ੁਕਰਗੁਜ਼ਾਰ ਹਾਂ। ਔਰ ਸਾਡੇ ਨਾਲ ਮੇਰਾ ਖਿਆਲ ਕਰੀਬ 70 ਅੱਜ ਪੋਲਟ ਆਏ ਨੇ ਅਲੱਗ ਅਲੱਗ ਸਟੇਟਸ ਤੋਂ, ਸਾਡੇ ਲਈ ਬੜੇ ਫਖਰ ਦੀ ਗੱਲ ਹੈ ਕਿ ਯੂਪੀ ਤੋਂ, ਦਿੱਲੀ ਤੋਂ, ਹਰਿਆਣਾ ਤੋਂ, ਉੱਤਰਾਂਚਲ ਤੋਂ, ਕਈ ਕਈ ਸਟੇਟਸ ਤੋਂ ਆਏ ਹੈ, ਜਿਹੜੇ ਮੱਧ ਪ੍ਰਦੇਸ਼ ਤੋਂ,
ਮੈਂ ਸਭ ਦੀ ਬੜੀ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਸਾਡੇ ਰਾਸ਼ਟਰੀ ਕਵੀ ਸਾਹਿਬ ਨੂੰ ਇੰਨਾ ਪਿਆਰ ਦਿੱਤਾ ਔਰ ਆਪਣਾ ਵਕਤ ਕੱਢ ਕੇ ਸਾਡੇ ਨਾਲ ਸਾਨੂੰ ਜੁਆਇਨ ਕੀਤਾ। ਔਰ ਮੈਂ ਸੋਚਦੀ ਹਾਂ ਕਿ ਇਹ ਛੋਟੇ ਛੋਟੇ ਸਾਡੇ ਕੰਮ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਛੇ ਸਮਾਜ ਦੀ ਸਿਰਜਣਾ ਕੀਤੀ ਜਾਵੇ। ਅਸੀਂ ਆਪਣੇ ਵਿਚਾਰਾਂ ਨਾਲ ਆਪਣੇ ਕਰਮਾਂ ਨਾਲ ਉਸ ਸਮਾਜ ਨੂੰ ਲੈ ਕੇ ਆਈਏ ਜੋ ਜਿਸ ਨੂੰ ਅਸੀਂ ਆਲਰੇਡੀ ਭੁੱਲ ਚੁੱਕੇ ਹਾਂ। ਉਹ ਸਮਾਜ ਦੀ ਕ੍ਰੀਏਸ਼ਨ ਦੀ ਕੋਸ਼ਿਸ਼ ਹੈ। ਇਹਨਾਂ ਹੀ ਵਿਚਾਰਾਂ ਨਾਲ ਮੈਂ ਤੁਹਾਡੀ ਬਹੁਤ ਸ਼ੁਕਰ। ਅੱਜ ਸਾਹਿਤਕ ਗੋਸ਼ਟੀ ਕੀਤੀ ਗਈ ਹੈ, ਬਹੁਤ ਵਧੀਆ ਉਪਰਾਲਾ ਕੀਤਾ ਗਿਆ ਮੈਡਮ ਆਸ਼ਾ ਸ਼ਰਮਾ ਵੱਲੋਂ। ਇਹਨਾਂ ਦੀਆਂ ਦੋ ਕਿਤਾਬਾਂ ਵੀ ਰਿਲੀਜ਼ ਹੋਈਆਂ ਨੇ। ਮੈਂ ਸਮਝਦਾ ਰੋਟੀ ਮੇਟਰ ਕਲੱਬ ਨੂੰ ਜੋ ਇਹ ਉਪਰਾਲਾ ਕੀਤਾ ਗਿਆ ਇਹ ਬਹੁਤ ਅੱਛਾ ਉਪਰਾਲਾ ਹੈ। ਹਾਂਜੀ ਹਾਂ, ਹੋਰ ਵੀ ਪ੍ਰੋਗਰਾਮ ਕੀਤੇ ਜਾਂਦੇ ਜੋ ਵੀ ਸਮਾਜ ਸੇਵਾ ਦੇ ਕੰਮ ਨੇ ਉਹ ਰੋਟਰੀ ਕਲੱਬ ਨੂੰ ਕੀਤੇ ਜਾਂਦੇ। ਮੇਰਾ ਨਾਮ ਡਾਕਟਰ ਗੁਰਚਰਨਪੁਰ ਕੋਚਰ ਹੈ, ਨੈਸ਼ਨਲ ਤੇ ਸਟੇਟ ਅਵਾਰਡੀ ਹਾਂ ਔਰ ਮੈਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਮੀਤ ਪ੍ਰਧਾਨ ਹਾਂ ਔਰ ਅੱਜ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਆ ਕੇ ਜੋ ਮੈਨੂੰ ਖੁਸ਼ੀ ਹੋਈ ਹੈ ਅਲਫਾਜ਼ ਨਹੀਂ ਆਣ ਕੇ ਬਿਆਨ ਕਰਾਂ, ਕਿਉਂਕਿ ਆਸ਼ਾ ਸ਼ਰਮਾ ਜੀ ਨੂੰ ਮੈਂ 3-4 ਸਾਲਾਂ ਤੋਂ ਜਾਣਦੀ ਹਾਂ ਔਰ ਇਹਨਾਂ ਦੇ ਕੋਵਿਡ ਦੇ ਟਾਈਮ ਇਹਨਾਂ ਨੇ ਆਨਲਾਈਨ ਬਹੁਤ ਸਾਰੇ ਕਵੀ ਦਰਬਾਰ ਕਰਵਾਏ ਔਰ ਉਹ ਕਵੀ ਦਰਬਾਰ ਵੀ ਵਿੱਚ ਕਿਉਂਕਿ ਉਸ ਵੇਲੇ ਅਸੀਂ ਘਰੋਂ ਨਹੀਂ ਨਿਕਲ ਸਕਦੇ ਸੀ ਤਾਂ ਵੀ ਇਹ ਆਪਣੀ ਹਿੰਦੀ ਭਾਸ਼ਾ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰਦੇ ਰਹੇ ਨੇ। ਉਹਨਾਂ ਦੇ ਪ੍ਰਚਾਰ ਪ੍ਰਸਾਰ ਪ੍ਰਫੁੱਲਤਾਰੀ ਹੁਣ ਅੱਜ ਵੀ ਯਤਨ ਕਰ ਰਹੇ ਨੇ ਔਰ ਇਹਨਾਂ ਦੀਆਂ ਜੋ ਅੱਜ ਕਿਤਾਬਾਂ ਅਸੀਂ ਰਿਲੀਜ਼ ਕਰਤੀਆਂ ਨੇ ਉਹ ਤਤਵਧਾਰਾ ਤੇ ਵਕਤ ਦੀਆਂ ਪੈੜਾਂ, ਉਹ ਦੋ ਕਿਤਾਬਾਂ ਦੇ ਉੱਤੇ ਇੱਕ ਕਿਤਾਬ ਵਿੱਚ ਮੈਂ ਥੋੜ੍ਹਾ ਆਪਣੇ ਮੁੱਖ ਬੰਦ ਵਿੱਚ ਵੀ ਲਿਖਿਆ ਹੈ ਔਰ ਇਹ ਜਿਹੜੀਆਂ ਕਿਤਾਬਾਂ ਨੇ ਰੀਅਲੀ ਬਹੁਤ ਪੜ੍ਹਨ ਯੋਗ ਨੇ, ਪਰਿਵਾਰ 'ਚ ਪੜ੍ਹੀਆਂ ਜਾ ਸਕਦੀਆਂ ਨੇ ਕਿਉਂਕਿ ਇਹਨਾਂ ਨੇ ਸਿਰਫ ਉਹਦੇ 'ਤੇ ਨਿੱਜ ਨੂੰ ਨਹੀਂ ਲਿਆ, ਨਿੱਜ ਤੋਂ ਪਰ ਤੱਕ ਦੀ ਉਡਾਨ ਹੈ ਤੇ ਜਿੱਥੇ ਪਿਆਰ ਮੁਹੱਬਤ ਦੀ ਗੱਲ ਹੈ ਉਹ ਵੀ ਕਵਿਤਾਵਾਂ ਨੇ, ਕਿਉਂਕਿ ਪਿਆਰ ਮੁਹੱਬਤ ਤੋਂ ਬਿਨਾਂ ਤੇ ਕੋਈ ਵੀ ਅਸੀਂ ਸਮਾਜ ਨੂੰ ਵੀ ਪਿਆਰ ਨਹੀਂ ਕਰ ਸਕਦੇ। ਪਿਆਰ ਦੀਆਂ ਬਹੁਤ ਸਾਰੀਆਂ ਪਰਤਾਂ ਨੇ, ਆਪਣਾ ਦੇਸ਼ ਨਾਲ ਪਿਆਰ ਕਰਨਾ, ਆਪਣੇ ਸਮਾਜ ਨਾਲ ਪਿਆਰ ਕਰਨਾ, ਸਾਹਿਤ ਨਾਲ ਪਿਆਰ ਕਰਨਾ, ਆਪਣੇ ਜੋ ਕਿੱਤਾ ਉਹਦੇ ਨਾਲ ਪਿਆਰ ਕਰਨਾ, ਸੋ ਇਹਨਾਂ ਦੇ ਪਿਆਰ ਦਾ ਜਿਹੜਾ ਬਹੁਤ ਵਸੀ ਘੇਰਾ ਹੈ ਤੋ ਔਰ ਵੀ ਗਮ ਹੈ ਜ਼ਮਾਨੇ ਕੇ ਮੁਹੱਬਤ ਕੇ ਸਵਾ, ਇਹਦੇ 'ਤੇ ਇਹਨਾਂ ਨੇ ਆਪਣਾ ਪੂਰਾ ਅਮਲ ਕਰਦੇ ਹੋਏ ਆਪਣਾ ਨਿੱਜ ਤੋਂ ਪਰ ਤੱਕ ਦੀ ਉਡਾਨ ਭਰੀ ਹੈ। ਅੰਤਰਰਾਸ਼ਟਰੀ ਜਿਹੜੇ ਆਪਣੇ ਵਰਤਾਰੇ ਨੇ ਆਲੇ ਦੁਆਲੇ ਜੋ ਸਾਡੇ ਅੱਜ ਕੱਲ੍ਹ ਵਰਤ ਰਿਹਾ ਹੈ ਉਹ ਵਰਤਾਰਿਆਂ ਨੂੰ ਇਹਨਾਂ ਨੇ ਆਪਣੀ ਕਲਮ ਹੇਠ ਲਿਆਂਦਾ ਹੈ, ਸੋ ਕੋਈ ਵੀ ਇਹੋ ਜਿਹਾ ਵਿਸ਼ਾ ਨਹੀਂ ਜਿਹੜਾ ਕਿਤਾਬ 'ਚ ਅਧੂਰਾ ਰਹਿ ਗਿਆ ਹੋਵੇ ਔਰ ਇਹ ਇਹਨਾਂ ਦੀ ਬਹੁਤ ਵੱਡੀ ਪਲਾਂਗ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਅੱਗੋਂ ਵੀ ਇਸ ਤਰ੍ਹਾਂ ਬੁਲੰਦੀਆਂ ਨੂੰ ਹੋਰ ਵੀ ਛੂਣਗੇ ਤੇ ਅੱਜ ਦਾ ਪ੍ਰੋਗਰਾਮ ਬਹੁਤ ਹੀ ਸਫਲ ਪ੍ਰੋਗਰਾਮ ਹੋਇਆ ਹੈ। ਜੇਕਰ ਅਸੀਂ ਕਹੀਏ ਕਿ ਇਹ ਸਟੇਟ ਪੱਧਰ ਦਾ ਪ੍ਰੋਗਰਾਮ ਨਹੀਂ ਹੈ, ਇਹ ਕੌਮੀ ਪੱਧਰ ਦਾ ਹੋਇਆ ਕਿਉਂਕਿ ਦਿੱਲੀ ਤੋਂ ਵੀ ਲੋਕ ਪਹੁੰਚੇ ਨੇ, ਪੰਜਾਬ ਦੇ ਵੱਖ ਵੱਖ ਸੂਬਿਆਂ ਤੋਂ ਆਏ ਨੇ ਔਰ ਬਹੁਤ ਨਵੇਕਲੀ ਸ਼ਾਇਰੀ ਸੁਣਨ ਨੂੰ ਮਿਲੀ ਹੈ, ਬਹੁਤ ਅੱਛਾ ਪ੍ਰੋਗਰਾਮ ਹੈ। ਉਮੀਦ ਕਰਦੀ ਹਾਂ ਆਸ਼ਾ ਸ਼ਰਮਾ ਜੀ ਅੱਗੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਕਰਦੇ ਰਹਿਣਗੇ ਆਪਣੀ ਪੰਜਾਬੀ ਮਾਂ ਬੋਲੀ ਹਿੰਦੀ ਭਾਸ਼ਾ ਨੂੰ ਔਰ ਹੋਰ ਭਾਸ਼ਾਵਾਂ ਨੂੰ ਜਿੱਥੇ ਜਿੱਥੇ ਆਪਾਂ ਸਭ ਦਾ ਸਤਿਕਾਰ ਕਰਦੇ ਹਾਂ ਉਹਨਾਂ ਦੇ ਨਿਰੰਤਰ ਵਿਕਾਸ ਲਈ ਵੀ ਇਹ ਯਤਨ ਕਰਦੇ ਰਹਿਣਗੇ। ਸਾਰੇ ਅੱਜ ਜਿਹੜੇ ਬੰਦੇ ਆਏ ਉਹਨਾਂ ਨੂੰ, ਜਿੰਨੇ ਸਾਡੇ ਕਵੀ ਆਏ ਆ, ਜਿੰਨੇ ਲੇਖਕ ਆਏ ਆ, ਸਭ ਨੂੰ ਅਸੀਂ ਬਹੁਤ ਬਹੁਤ ਸ਼ੁਕਰ ਅਦਾ ਕਰਦੇ ਹਾਂ। ਮੈਂ ਰਾਸ਼ਟਰੀ ਕਵੀ ਸਾਗਰ ਦਾ ਚੇਅਰਮੈਨ ਹੋਣ ਦੇ ਨਾਤੇ ਆਪ ਨੂੰ ਦੱਸ ਜਾਣ ਕਿ 2019 'ਚ ਜਦੋਂ ਕੋਵਿਡ ਸੀਗਾ ਤਾਂ ਉਦੋਂ ਮੈਡਮ ਤੇ ਅਸੀਂ ਵਿਚਾਰ ਬਣਾਇਆ ਕਿ ਅਸੀਂ ਕਿਉਂ ਨਾ ਕੋਈ ਐਸਾ ਕੰਮ ਕਰੇ ਜਿਹਦੇ ਲੋਕ ਵੀ ਸਾਡੇ ਨਾਲ ਜੁੜਨ ਤੇ ਅਸੀਂ ਲੋਕਾਂ ਨੂੰ ਕੁਛ ਮਦਦ ਕਰ ਸਕੀਏ। ਸੋ ਕਿਸੇ ਵੇਲੇ ਬੜੀ ਫਰਸਟ੍ਰੇਸ਼ਨ ਸੀ, ਲੋਕ ਘਰਾਂ 'ਚ ਸੀਗੇ, ਤਾਂ ਇਹਨਾਂ ਨੇ ਆਨਲਾਈਨ ਪ੍ਰੋਗਰਾਮ ਸ਼ੁਰੂ ਕੀਤਾ। ਪਹਿਲਾਂ ਤਾਂ ਬੈਂਕ ਜੋਬ ਕਰਦੇ ਸੀ ਤਾਂ ਟਾਈਮ ਨਹੀਂ ਮਿਲਦਾ ਸੀ, ਉਸ ਵਾਰ ਥੋੜ੍ਹਾ ਥੋੜ੍ਹਾ ਲਿਖਣਾ ਸ਼ੁਰੂ ਕੀਤਾ। ਅੱਜ ਸਥਿਤੀ ਇਹ ਹੈ ਕਿ ਅੱਜ ਇੰਨਾ ਜ਼ਿਆਦਾ ਲਿਖ ਚੁੱਕੇ ਹੈ ਤਾਂ ਇਹਨੂੰ ਆਪ ਨਹੀਂ ਪਤਾ ਕਿ ਕੁਛ ਲਿਖੂ 'ਚ, ਇਹ ਹਿੰਦੀ, ਪੰਜਾਬੀ, ਉਰਦੂ ਅਤੇ ਇੰਗਲਿਸ਼ ਭਾਸ਼ਾ 'ਚ ਵੀ ਲਿਖਦੇ ਹੈ। ਕਈ ਕਿਤਾਬਾਂ ਰਿਲੀਜ਼ ਹੋ ਚੁੱਕੀਆਂ। ਸਭ ਤੋਂ ਬੜਾ ਜਿਹੜਾ ਕੰਮ ਕੀਤਾ ਹੈ ਕੌਮਾਂਤਰੀ ਪੱਧਰ 'ਤੇ ਕੀਤਾ, ਰਾਸ਼ਟਰੀ ਕਾਵਿ ਸਾਰਾ ਹਰ ਇੱਕ ਸਟੇਟ ਤੋਂ ਬੰਦਾ ਜੁੜਿਆ ਹੋਇਆ ਹੈ। ਵੀਕਲੀ ਮੰਥਲੀ ਇਹ ਆਨਲਾਈਨ ਪ੍ਰੋਗਰਾਮ ਕਰਦੇ ਰਹਿੰਦੇ ਹਾਂ, ਬਹੁਤ ਸਾਰੀਆਂ ਸੰਸਥਾ ਨਾਲ ਜੁੜੇ ਹੋਏ ਹਾਂ, ਸਮਾਜ ਸੇਵਾ ਨਾਲ ਜੁੜੇ ਹੋਏ ਹਾਂ, ਤਾਂ ਅਸੀਂ ਕਹਿੰਦੇ ਵੀ ਇਹ ਜਿਹੜਾ ਜੀਵਨ ਹੈ ਇਹ ਕਦੇ ਕਦੇ ਮਿਲਦਾ,
ਕਿਉਂ ਨਾ ਅਸੀਂ ਐਸਾ ਕੰਮ ਕਰੀਏ ਸਮਾਜ ਸਾਨੂੰ ਯਾਦ ਰੱਖੇ, ਅਸੀਂ ਕੁਛ ਕਰ ਸਕੀਏ ਤੇ ਪਰਮਾਤਮਾ ਦੀ ਕਿਰਪਾ ਨਾਲ ਹੀ ਸਾਰਾ ਹੋ ਸਕਦਾ। ਅਸੀਂ ਬਹੁਤ ਸ਼ੁਕਰਗੁਜ਼ਾਰ ਪਰਮਾਤਮਾ ਦੇ ਕਿ ਸਾਡੇ ਪਰਿਵਾਰ ਤੇ ਉਹਦੀ ਬਹੁਤ ਕਿਰਪਾ ਹੈ, ਉਹਨੇ ਇਹਨਾਂ ਅੱਛੇ ਵਿਚਾਰ ਦਿੱਤੇ ਜਿਸ ਨਾਲ ਅਸੀਂ ਚੰਗਾ ਕੰਮ ਕਰ ਸਕਦੇ ਹਾਂ। ਇਹਨਾਂ ਸ਼ਬਦਾਂ ਨਾਲ ਅੱਜ ਜਿੰਨੇ ਵੀ ਬੰਦੇ ਆ ਬਹੁਤ ਖਾਸ ਕਰਕੇ ਰੋਟਰੀ ਕਲੱਬ ਦੇ ਸ਼ੋਗ ਰੋਣੀ ਜੀ ਨੇ, ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ, ਸਾਨੂੰ ਬਹੁਤ ਮਤਲਬ ਇੱਕ ਤਰ੍ਹਾਂ ਪੂਰੀ ਕੋਆਪਰੇਸ਼ਨ ਦਿੱਤੀ ਹੈ, ਜਿਸ ਲਈ ਅੱਜ ਸਾਡਾ ਪ੍ਰੋਗਰਾਮ ਸਕਸੈਸਫੁਲ ਹੋ ਚੁੱਕਿਆ ਤੇ ਦੂਰੋਂ ਦੂਰੋਂ ਆਏ ਲੋਕ ਇਹਦੇ ਸ਼ਾਮਿਲ ਹੋ ਚੁੱਕੇ ਹੈ ਤੇ ਅਸੀਂ ਪਰਮਾਤਮਾ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇੱਦਾਂ ਹੀ ਸਾਡੀ ਜਿਹੜੀ ਸਮਾਜ ਸੇਵਾ ਚੱਲਦੀ ਰਹੇ ਤੇ ਅਸੀਂ ਇਹਨਾਂ ਸ਼ਬਦਾਂ ਨਾਲ ਮੈਂ ਧੰਨਵਾਦ ਕਰਦਾ।